ਤੁਹਾਡੇ ਆਉਣ ਤੇ ਇੱਥੇ ਮੁਰਦਾਬਾਦ ਦੇ ਜਿਹੜੇ ਨਾਰੇ ਲੱਗੇ ਨੇ ਇਹ ਕੋਈ ਮੁਰਦਾਬਾਦ ਦੇ ਨਾਰੇ ਨਹੀਂ ਲੱਗੇ, ਉਹਨਾਂ ਨੇ ਆਪਦੀ ਦੋ ਚਾਰ ਬੰਦੇ ਨੇ ਗੱਲ ਕੀਤੀ। ਇਹ ਜਿਹੜਾ ਬੂਟਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਗਿਆ ਸੀ ਕਿ ਉਸ ਵੇਲੇ ਧਿਆਨ 'ਚ ਨਹੀਂ ਆਇਆ ਸੀ ਕਿ ਮਸਲਾ ਖੜਾ ਹੋ ਸਕਦਾ। ਅਸੀਂ ਤਾਂ ਇਹਨਾਂ ਦੀਆਂ ਡਿਮਾਂਡ ਜਿਹੜੀਆਂ ਸੀਗੀਆਂ ਸਾਰੀਆਂ ਪੂਰੀਆਂ ਕੀਤੀਆਂ, ਅਸੀਂ ਤਾਂ ਇਹਨਾਂ ਦੀਆਂ ਡਿਮਾਂਡ ਜਿਹੜੀਆਂ ਸੀਗੀਆਂ ਸਾਰੀਆਂ ਪੂਰੀਆਂ ਕੀਤੀਆਂ। ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਸੜਕਾਂ ਦੇ ਉੱਤੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਹੀ ਕਹਿੰਦੇ ਨੇ ਜਦੋਂ ਵੀ ਉਹਨਾਂ ਨਾਲ ਗੱਲ ਕਰੋ ਕਿ ਜਿਹੜੇ ਕੰਡੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜੇ ਗਏ ਨੇ? ਮੈਂ ਚੈਲੰਜ ਕਰਦਾ ਜੇ ਸਰਕਾਰ ਨੇ ਹੱਥ ਖਿੱਚਿਆ ਹੋਵੇ। ਝੂਠ ਬੋਲ ਰਹੇ ਨੇ ਬਿਲਕੁਲ ਸਿਰਾ ਸਰ, ਝੂਠ ਬੋਲ ਰਹੇ ਨੇ ਬਿਲਕੁਲ ਸਿਰਾ ਸਰ। ਢੀਂਡਸਾ ਸਾਹਿਬ ਦੇ ਬਿਲਕੁਲ ਸਾਹਮਣੇ ਮੁਰਦਾਬਾਦ ਦੇ ਨਾਰੇ ਲੱਗੇ, ਔਰ ਇਸ ਵੇਲੇ ਜਿਹੜਾ ਢੀਂਡਸਾ ਹੁਣੇ ਬਾਹਰ ਖੜ੍ਹੇ ਨੇ ਔਰ ਗੱਲਬਾਤ ਕਰ ਰਹੇ ਨੇ ਔਰ ਦੇਖ ਰਹੇ ਨੇ, ਔਰ ਇਸ ਵੇਲੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇਸ ਵੇਲੇ ਬਾਹਰ ਖੜ੍ਹੇ ਨੇ ਪਰਮਿੰਦਰ ਢੀਂਡਸਾ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਢੀਂਡਸਾ ਸਾਹਿਬ ਨਾਲ ਕੀ ਹੋਇਆ? ਢੀਂਡਸਾ ਸਾਹਿਬ ਕੀ ਹੋਇਆ? ਕੁਛ ਨਹੀਂ, ਮੇਰੇ ਨਾਲ ਗੱਲ ਹੋਈ ਹੈ ਮੁੰਡਿਆਂ ਦੀ, ਉਹਨਾਂ ਨੇ ਆਪਦੀਆਂ ਡਿਮਾਂਡਸ ਦੱਸੀਆਂ ਨੇ ਵੀ ਸਰਕਾਰ ਜਿਹੜੀ ਉਹਨਾਂ ਦੀ ਕੋਈ ਗੱਲ ਸੁਣ ਨਹੀਂ ਰਹੀ ਤੇ ਵੀ ਸਾਡਾ ਤੁਸੀਂ ਸਪੋਰਟ ਕਰੋ। ਨਹੀਂ, ਤੁਹਾਡੇ ਆਉਣ ਤੇ ਇੱਥੇ ਮੁਰਦਾਬਾਦ ਦੇ ਜਿਹੜੇ ਨਾਰੇ ਲੱਗੇ ਨੇ ਇਹ ਕੋਈ ਮੁਰਦਾਬਾਦ ਦੇ ਨਾਰੇ ਨਹੀਂ ਲੱਗੇ, ਉਹਨਾਂ ਨੇ ਆਪਦੀ ਦੋ ਚਾਰ ਬੰਦੇ ਨੇ ਗੱਲ ਕੀਤੀ ਹੈ, ਇਹ ਤਾਂ ਕੋਈ ਗੱਲ ਨਹੀਂ। ਢੀਂਡਸਾ ਸਾਹਿਬ, ਲੇਕਿਨ ਜਿਹੜੇ ਇਹ ਅਧਿਆਪਕ ਇੱਥੇ ਸੰਘਰਸ਼ ਤੇ ਬੈਠੇ ਨੇ, ਇਹ ਜਿਹੜਾ ਬੂਟਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਗਿਆ ਸੀ ਕਿ ਉਸ ਵੇਲੇ ਧਿਆਨ 'ਚ ਨਹੀਂ ਆਇਆ ਸੀ ਕਿ ਮਸਲਾ ਖੜਾ ਹੋ ਸਕਦਾ? ਦੇਖੋ, ਇਹਨਾਂ ਨੂੰ ਪੁੱਛੋ, ਮੈਂ ਫਾਈਨੈਂਸ ਮਿਨਿਸਟਰ ਸੀ, ਇਹਨਾਂ ਦੀ ਜਿਹੜਾ 21,000 ਤਨਖਾਹ ਸੀ, ਇਹ ਸਾਰੇ ਡਿਮਾਂਡ ਲੈ ਕੇ ਆਏ। ਅਸੀਂ ਇਹਨਾਂ ਦੇ ਬਿਨਾਂ ਇੱਕ ਵਾਰ ਵੀ, ਬਿਨਾਂ ਧਰਨੇ ਤੋਂ, ਬਿਨਾਂ ਕੋਈ ਡਿਮਾਂਡ ਤੋਂ, ਅਸੀਂ ਇਹਨਾਂ ਦੀ 40,000 ਤੋਂ 45,000 ਤਨਖਾਹ ਵਧਾਈ ਇੱਕ ਵਾਰੀ ਦੇ ਵਿੱਚ। ਇਹਨਾਂ ਦੀ ਸਿਰਫ ਇੱਕ ਡਿਮਾਂਡ ਸੀ ਵੀ ਜੀ ਸਾਡੀ ਕੇਂਦਰ ਸਰਕਾਰ ਦੇਣ ਨੂੰ ਤਿਆਰ ਹੈ ਜੇ ਪੰਜਾਬ ਸਰਕਾਰ ਉਹਦਾ ਹਿੱਸਾ ਪਾ ਦੇ। ਅਸੀਂ ਨਾਲ ਦੀ ਨਾਲ ਕਿਹਾ ਵੀ ਜੇ ਪੰਜਾਬ ਸਰਕਾਰ ਦੇ ਹਿੱਸੇ ਪਾਉਣ ਨਾਲ ਥੋੜ੍ਹੀ ਤਨਖਾਹ ਵੱਧਦੀ ਅਸੀਂ ਕਰ ਦਾਂਗੇ। ਉਹ 2013 'ਚ ਮੈਂ ਫਾਈਨੈਂਸ ਮਿਨਿਸਟਰ ਸੀ, ਉਦੋਂ ਹੀ ਵਧਾਈ ਆ ਅਸੀਂ। ਅਸੀਂ ਤਾਂ ਇਹਨਾਂ ਦੀਆਂ ਡਿਮਾਂਡਸ ਜਿਹੜੀਆਂ ਸੀਗੀਆਂ ਸਾਰੀਆਂ ਪੂਰੀਆਂ ਕੀਤੀਆਂ। ਲੇਕਿਨ OP ਸੋਨੀ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਰੈਗੂਲਰੇਸ਼ਨ ਦਾ ਕੰਮ ਸੀ, ਇਹ ਜਿਹੜੀ ਉਣਤਾਈਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ, ਇਸ ਕਰਕੇ ਕੋਈ ਉਣਤਾਈ ਨਹੀਂ ਖੜੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਹ ਭੱਜ ਰਹੇ ਨੇ ਆਪਦੀ ਜ਼ਿੰਮੇਵਾਰੀਆਂ ਤੋਂ। ਅਸੀਂ ਤਾਂ ਪੱਕੇ ਕਰਨ ਦਾ ਵੀ ਐਕਟ ਬਣਾਤਾ ਸੀ, ਐਕਟ ਇਹਨਾਂ ਨੇ ਵਿਦਰਾਅ ਕਰ ਲਿਆ। ਅਸੀਂ ਤਾਂ ਪੱਕੇ ਕਰਨ ਵਾਸਤੇ ਇਹਨਾਂ ਨੂੰ ਐਕਟ ਬਣਾ ਕੇ ਸਾਰਾ ਕਰਤਾ ਸੀਗਾ। ਸੋ ਇਸ ਲਈ ਇਹ ਜਿਹੜਾ ਹੈ ਕਾਂਗਰਸ ਸਰਕਾਰ ਆਪਦੀ ਜਿਹੜੀ ਹੈ ਗਲਤ ਜਿਹੜਾ ਪ੍ਰਚਾਰ ਕਰ ਰਹੀ ਹੈ, ਹੋਰ ਕੁਛ ਨਹੀਂ। ਸੋ ਇੱਥੇ ਅਧਿਆਪਕ ਇੱਕ ਨਹੀਂ, ਅਧਿਆਪਕ ਹੋਰ ਵੀ ਬਹੁਤ ਸਾਰੇ ਬੈਠੇ ਨੇ, ਮੁਲਾਜ਼ਮ ਵੀ, ਇਕੱਲੇ ਇਹ ਨਹੀਂ, ਹੋਰ ਸਾਰੇ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਸੜਕਾਂ ਦੇ ਉੱਤੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਹੀ ਕਹਿੰਦੇ ਨੇ ਜਦੋਂ ਵੀ ਉਹਨਾਂ ਨਾਲ ਗੱਲ ਕਰੋ ਕਿ ਜਿਹੜੇ ਕੰਡੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜੇ ਗਏ ਨੇ? ਦੇਖੋ, ਕਿਹੜਾ ਮੁੱਦਾ ਤਾਂ ਦੱਸੋ ਨਾ, ਕਿਹੜਾ ਕੰਡਾ ਸ਼੍ਰੋਮਣੀ ਅਕਾਲੀ ਦਲ ਬਣਿਆ? ਅਤੇ ਇਹ ਤਾਂ ਦੱਸਣ ਨਾ ਵੀ ਕਿਹੜਾ, ਉਹੀ ਕਹਿ ਦੇਣਾ ਵੀ ਕੰਡੇ ਬੀਜਣੇ। ਅਕਾਲੀ ਦਲ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਅਕਾਲੀ ਦਲ ਦੀ ਸਰਕਾਰਾਂ ਸਮੇਂ ਮੰਨੀਆਂ ਗਈਆਂ ਹੁਣ ਤੱਕ। ਸੋ ਇੱਕ ਜਿਹੜਾ OP ਸੋਨੀ ਸਾਹਿਬ ਵੱਲੋਂ ਇੱਕ ਬੜਾ ਤਰਕ ਦਿੱਤਾ ਜਾਂਦਾ ਹੈ ਕਿ ਅਸੀਂ ਇਹਨਾਂ ਅਧਿਆਪਕਾਂ ਦਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਕੀਤਾ, 10,300 ਤੇ ਅਸੀਂ ਲੈ ਕੇ ਆਏ ਹਾਂ, ਪੰਜਾਬ ਸਰਕਾਰ ਨੇ ਜਿਹੜਾ ਸੈਂਟਰ ਗੌਰਮੈਂਟ ਨੇ ਜਿਹਦੇ ਤੁਸੀਂ ਭਾਈਵਾਲ ਹੋ ਉਹਨਾਂ ਨੇ ਹੱਥ ਖਿੱਚ ਲਿਆ ਆਪਣਾ, ਇਸ ਕਰਕੇ ਸਾਨੂੰ ਫਿਲਹਾਲ ਇਹਨਾਂ ਨੂੰ ਇਹੀ ਦੇਣਾ ਪੈਂਦਾ ਜੀ। ਦੇਖੋ, ਸਰਕਾਰ ਨੇ ਕੋਈ ਨਹੀਂ, ਮੇਰੇ ਨਾਲ ਮੈਂ ਚੈਲੰਜ ਕਰਦਾ ਜੇ ਸਰਕਾਰ ਨੇ ਹੱਥ ਖਿੱਚਿਆ ਹੋਵੇ। ਝੂਠ ਬੋਲ ਰਹੇ ਨੇ ਬਿਲਕੁਲ ਸਿਰਾ ਸਰ, ਇਹ ਅਸੀਂ ਕਹਿੰਦੇ ਵੀ ਰੈਗੂਲਰ ਕਰੋ, ਪਰ ਤਨਖਾਹ ਘਟਾਉਣ ਦੀ ਕੀ ਲੋੜ ਹੈ? ਤੁਸੀਂ ਤਨਖਾਹ ਜਿਹੜੀਆਂ ਮੁਲਾਜ਼ਮਾਂ ਨੂੰ ਮਿਲ ਰਹੀ ਹੈ ਉਹ ਜਿਹੜੀ ਹੈਗੀ ਹੈ ਉਹ ਘੱਟੋ ਘੱਟ ਪ੍ਰੋਟੈਕਟ ਤਾਂ ਕਰਨੀ ਚਾਹੀਦੀ ਹੈ, ਜੇ ਵਧਾਉਣੀ ਨਹੀਂ ਘੱਟੋ ਘੱਟ ਪ੍ਰੋਟੈਕਟ ਕਰਨ, ਉਹਦੇ 'ਤੇ ਇਹਨਾਂ ਨੂੰ ਰੈਗੂਲਰ ਕਰ ਦੇਣ ਜੀ। ਸੋ ਇਹ ਸਨ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਕਿ ਅੱਜ ਇੱਥੇ ਜਿਹੜਾ ਸਮਰਥਨ ਕਰਨ ਆਏ ਸੀ, ਲੇਕਿਨ ਅਧਿਆਪਕਾਂ ਨੇ ਉਹਨਾਂ ਦੇ ਸਾਹਮਣੇ ਹੀ ਜਿਹੜਾ ਮੁਰਦਾਬਾਦ ਦੇ ਨਾਰੇ ਲਗਾਏ ਨੇ, ਉਸ ਤੋਂ ਬਾਅਦ ਜਿਹੜਾ ਫਿਰ ਅਧਿਆਪਕਾਂ ਨੇ ਗੱਲਬਾਤ ਕੀਤੀ ਆਪਸ ਦੇ ਵਿੱਚ, ਆਪਸੀ ਲੀਡਰਾਂ ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੂੰ ਹੁਣ ਜਿਹੜਾ ਇਜਾਜ਼ਤ ਮਿਲੀ ਹੈ ਅੰਦਰ ਜਾਣ ਦੀ। ਕਾਸੀ ਫਾਰੂਕੀ, ਪਟਿਆਲਾ।